ਸਾਹਿਬ ਜੀ ਸਿੰਘ ਤੇਰਾ ਕੀ ਨਾਮ ਹੈ? ਗੁਰਪਾਲ ਕੌਰ। ਰੂਪਾ ਕੌਰ, ਬੜਾ ਸੋਹਣਾ ਨਾਂ ਰੱਖਿਆ, ਕਿਹਨੇ ਰੱਖਿਆ? ਨਾਨੀ ਹੈ? ਜਦ ਪੜੇ ਨੀ ਮੈਂ ਤੰਗੀ ਨੀ, ਦੁੱਧ ਘਰੇ ਤੰਗੀ ਨੀ, ਪਰ ਜੇ ਇਹ ਕੰਮ ਕਰਨਾ ਪੱਕੀ ਗੱਲ ਆ? ਹਾਂਜੀ ਹਾਂਜੀ, ਪਰਸੋਂ ਦਾ ਕੀਤਾ। ਗੋਲੀ ਖਾਧੀ ਹੋਈ? ਤਲਾਸ਼ੀ ਕਰੋ ਸਾਰੇ ਵਿੱਚ, ਕੋਈ ਐਕਸਟਰਾ ਚੀਜ਼ ਕੋਈ ਗੋਲੀ ਚ ਪੈ ਗਈ? ਕਿਰਪਾ ਕਰੋ ਦੀਨ ਕੇ ਦਾਤੇ। ਹੁਣ ਕਮੇਟੀ ਆ ਭਾਈ, ਆ ਜਾਓ ਨਿਹਾਲ। ਕੇਵਲ ਇੱਥੇ ਲੰਗਰ ਕਮੇਟੀ ਵਾਲੇ ਸਿੰਘ ਹੁਣ, ਦੂਜਾ ਕੋਈ ਸਿੰਘ ਲਾਗੇ ਨਾ ਹੋਵੇ। ਬੋਲੇ ਸੋ ਨਿਹਾਲ। ਠੀਕ ਹੈ, ਅੰਮ੍ਰਿਤ ਛਕੋ। ਸਰੂਪਾ ਸੰਗਤ ਨੇ ਸਾਨੂੰ ਦਿੱਤਾ ਸੀ ਤੇ ਤੁਹਾਨੂੰ ਅੱਗੇ ਬੰਨ ਦਿੱਤਾ, ਹੁਣ ਇਹਨੂੰ ਕਾਇਮ ਰੱਖਣਾ ਤੁਹਾਡਾ ਫਰਜ਼ ਆ। ਠੀਕ ਹੈ, ਚੜ੍ਹਦੀ ਕਲਾ ਮਾਲਕ ਕਿਰਪਾ ਕਰਨ ਸੱਚੇ ਪਾਤਸ਼ਾਹ। ਕੱਲ ਸਵੇਰੇ ਅੰਮ੍ਰਿਤ ਸੰਚਾਰ ਵੀ ਆ ਤੇ ਸਾਰੀ ਸੰਗਤ ਜਿਹਨਾਂ ਨੇ ਅੰਮ੍ਰਿਤਸਰ ਬੁਲਾਕੀ, ਜਿਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਲੈ ਕੇ ਆਓ। ਠੀਕ ਹੈ, ਕੱਲ ਸਵੇਰੇ ਅੰਮ੍ਰਿਤ ਸੰਚਾਰ ਹੈ। ਠੀਕ ਹੈ, ਬਾਬਾ ਜੀ ਕੇਸ ਰੱਖਣੇ ਆ, ਚੜ੍ਹਦੀ ਕਲਾ ਚ ਰਹਿਣਾ। ਠੀਕ, ਤੂੰ ਕਿੰਨੀਆਂ ਫੋਟੋਆਂ ਖਿੱਚਣੀਆਂ ਜਵਾਨਾ? ਕੇਸ ਕਦੋਂ ਰੱਖਣਾ ਜੀ? ਮੁੰਡੇ ਦੇ ਕਿਰਾਏ ਨਾਲ ਹੈ ਕੇਸ ਰੱਖੋ ਘੱਟੋ ਘੱਟ ਪੁੱਤ। ਠੀਕ ਹੈ ਪੁੱਤ, ਨਾਂ ਕੀ ਤੇਰਾ? ਹੈਂ? ਆਸ਼ਮਨ ਸਿੰਘ। ਹਾਂਜੀ, ਤੇ ਪੁੱਤ ਆਸ਼ਮਨ ਸਿੰਘ ਹੈ ਤੇ ਸਿੰਘ ਬਣ ਕੇ ਰਹਿਣਾ ਆਪਾਂ। ਠੀਕ ਹੈ, ਮੈਂ ਕੇਸ ਰੱਖਣੇ ਆ, ਜੂੜਾ ਕਰਿਆ ਕਰਨਾ। ਠੀਕ ਹੈ, ਬੇਨਤੀ ਕਰੋ ਮਹਾਰਾਜ ਦਾ ਸਰੂਪ ਲੰਘਣ ਡਿਆ, ਗਾਣੇ ਬੰਦ ਕਰ ਦੀਏ ਘੜੀ। ਓ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮੈਲੇ, ਰਾਜ ਕਰੇ ਕਾ ਖਾਲਸਾ, ਆਕੀ ਰਹੇ ਨ ਕੋਏ, ਖੁਆਰ ਹੋਏ
سب ملیں گے جا ہوئے بھی اجڑ جائیے تے پھر بند بس جے دل چ جا ہوئے کہ ساڈا بند بند کٹیا جاوے پھر پنتھ دے محل کھڑے ہوندے نے پھر اٹ اٹ لگ جے جے دل چ جا ہوئے کہ ساڈے چولیاں چ گھا اگڑ تے پھر پنتھ دے لو لنگر دب جاوے تو ساڈے دلاں چ جا کی نہیں آ گیا باہر چل جائیے باہروں آ جائیے کوٹھی پا لیے گڈی لے لیے ساڈے من چ اے جا کے ہونی ਵੀ ਅਸੀਂ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮਰ ਮਿਲੀਏ ਕਬੀਰ ਉਹ ਮਰਨੇ ਕਾ ਚਾਓ ਹੈ ਮਰੋ ਤੋ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਬੜਾ ਹਮਾਰੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਮਰਨ ਦਾ ਚਾਅ ਤੇ ਉਹ ਵੀ ਹਰੀ ਦੇ ਦੁਆਰ ਤੇ ਕਿਤੇ ਆ ਕੇ ਨਹੀਂ ਮਰ ਗਿਆ ਨਸ਼ੇ ਦਾ ਟੀਕਾ ਲਾ ਕੇ ਮਰ ਗਿਆ ਕਿਤੇ ਬਿਨਾਂ ਗੱਲੋਂ ਜਾਨ ਚਲਾ ਦਿੱਤੀ ਜਿਹੜੀ ਇੰਨੀ ਕੀਮਤੀ ਰੱਬ ਨੇ ਬਖਸ਼ੀ ਹੈ ਜਾਨ ਦੀ ਕੀਮਤ ਬਹੁਤ ਹੈ ਇਹਨੂੰ ਵਾਰਨਾ ਵੀ ਬੜਾ ਜ਼ਰੂਰੀ ਹੈ ਪਰ ਨੁਕਤੇ ਦੀ ਗੱਲ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਆਪਾਂ ਚੱਲ ਕੇ ਅਤੇ ਸੁਲਤਾਨਪੁਰ ਲੋਧੀ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਧਰਤੀ ਦੇ ਉੱਤੇ ਅੱਜ ਸ਼ਾਮ ਦਾ ਉੱਥੇ ਸਮਾਗਮ ਹੈ ਅਤੇ ਕੱਲ੍ਹ ਨੂੰ ਸਵੇਰੇ ਅੰਮ੍ਰਿਤ ਸੰਚਾਰ ਹੋਊਗਾ ਅਤੇ ਕੱਲ੍ਹ ਸ਼ਾਮ ਨੂੰ ਫਿਰ ਸਮਾਗਮ ਹੈ ਪਰਸੋਂ ਫਿਰ ਆਪਾਂ ਉੱਥੋਂ ਚਾਦੇ ਪਾ ਕੇ ਸੈਫਲਾਬਾਦ ਨੂੰ ਚਲੇ ਜਾਵਾਂਗੇ